ਪੰਜਾਬ 'ਚ ਛਾਈ ਰਹੀ ਸੰਗੀਨਾ ਦੀ ਰੁੱਤ ਦੇ ਵਿੱਚ ਖੌਫ ਤੇ ਸਾਇਦ ਦੇ ਹੇਠ ਜਿਉ ਰਹੇ ਹਿੰਦੂ ਪਰਿਵਾਰਾਂ ਦੀ ਢਾਲ ਬਣਨ ਵਾਲੇ ਭਾਈ ਜੁਗਰਾਜ ਸਿੰਘ ਤੂਫਾਨ ਦੇ ਹਿੰਦੂ ਸਿੱਖ ਭਾਈਚਾਰੇ ਦੇ ਲਈ ਡਟਣ ਵਾਲੇ ਪੱਖ ਤੋਂ ਪ੍ਰੇਰਣਾ ਲੈ ਕੇ ਤੂਫਾਨ ਸਿੰਘ ਨਾਮ ਦੀ ਫਿਲਮ ਬਣਾਈ ਜਾ ਰਹੀ ਹੈ। ਜਿਹੜੀ ਫਿਲਮ ਹੈ ਉਹਨਾਂ ਦੇ ਕੈਰੇਕਟਰ ਦੇ ਉੱਤੇ ਫਿਲਮ ਹੈ, ਇਹ ਹੋਰ ਜਿੱਦਾਂ ਲਹਿਰ ਦੀ ਗੱਲ ਹੈ ਉਹ ਸਾਰਾ ਵਿੱਚ ਜੋ ਵੀ ਆਪਾਂ ਦਿਖਾਵਾਂਗੇ, ਕਿਉਂ ਉਹ ਇੱਧਰਲੀ ਸਾਈਡ ਲੇਅਰ ਵੱਲ ਗਏ, ਕਿਉਂ ਉਹਨਾਂ ਨੂੰ ਸਟੈਪ ਚੱਕਣਾ ਪਿਆ। ਜਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਗਿਆ ਅਤੇ ਉਹਦੇ ਤੋਂ ਪ੍ਰਭਾਵਿਤ ਹੋ ਕੇ ਉਹ ਆਪਣੇ ਘਰੋਂ ਨਿਕਲ ਕੇ ਉਹਨਾਂ ਨੇ ਜਿਹੜਾ ਇਹ ਜਿਹੜਾ ਚੁਣਿਆ ਰਸਤਾ ਔਰ ਲੇਕਿਨ ਉਹਦੇ ਵਿੱਚ ਮੈਂ ਸਮਝਦਾ ਕਿ ਉਹਨਾਂ ਦਾ ਜਿਹੜੀ ਕਾਨੂੰਨ ਵਿਵਸਥਾ ਦੇ ਨਾਲ ਉਹਨਾਂ ਦੀ ਲੜਾਈ ਸੀ, ਨਾ ਕਿ ਕਿਸੇ ਫਿਰਕੇ ਨਾਲ ਸੀ। ਕਿ ਹਿੰਦੂ ਕਮਿਊਨਿਟੀ ਅੱਜ ਵੀ ਜੇਕਰ ਜਾ ਕੇ ਉੱਥੇ ਯੁਗਰਾਜ ਸਿੰਘ ਤੂਫਾਨ ਦਾ ਨਾਮ ਲਈਦਾ ਤੇ ਜਿਹੜੇ ਹਿੰਦੂ ਬਜ਼ੁਰਗ ਨੇ ਉਹ ਧਾਹਾਂ ਮਾਰ ਕੇ ਰੋਂਦੇ ਨੇ ਕਿ ਉਹ ਸਾਡਾ ਬੱਚਾ ਸੀ, ਸਾਡੀ ਰਾਖੀ ਕੀਤੀ ਉਹਨੇ। ਜਿਸ ਹਿੰਦੂ ਇੱਥੇ ਕੇਕਤਾ ਨੂੰ ਲੈ ਕੇ ਕਰਦੇ ਪਏ ਨੇ ਇਹ ਕਰ ਰਹੇ, ਉਸ ਹਿੰਦੂਆਂ ਨੇ ਕੀ ਨਾਲੇ ਕੀਤੇ? ਨਹੀਂ, ਮੈਂ ਇਹ ਸਮਝਦਾ ਕਿ ਭਾਈ ਜਗਰਾਜ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਸਿੱਖ ਧਰਮ ਧਰਮ ਤੇ ਪੰਜਾਬੀਅਤ ਤੇ ਔਰ ਹਿੰਦੂ ਸਿੱਖ ਦੀ ਏਕਤਾ ਵਾਸਤੇ ਉਹਨੇ ਇੱਕ ਵੀ ਗੁਨਾਹ ਨਹੀਂ ਕੀਤਾ। ਮੈਂ ਇਹ ਕਸਮ ਖਾ ਕੇ ਕਹਿਣ ਨੂੰ ਤਿਆਰ ਹਾਂ ਔਰ ਮੈਂ ਅੱਜ ਇਸ ਕਰਕੇ ਹੀ ਆਇਆ ਕਿ ਅੱਜ ਇਹ ਫਿਲਮ ਬਣ ਜਾ ਰਹੀ ਹੈ। ਤੁਸੀਂ ਦੱਸੋ ਅੱਜ ਤੱਕ ਕਿਹੜੇ ਬੰਦੇ ਦੇ ਇਤਿਹਾਸ ਦੇ ਵਿੱਚ ਕਿਹਦੇ ਸ਼ਹੀਦੀ ਸਮਾਗਮ ਤੇ 10 ਲੱਖ ਬੰਦਾ ਇਕੱਠਾ ਹੋਇਆ? ਇਹਦੇ ਨਾਲ ਮੇਰੀ ਉਸ ਕਿਰਦਾਰ ਦੇ ਨਾਲ ਬੜੀ ਬਹੁਤ ਭਾਵੁਕ ਸਾਂਝ ਬਣ ਚੁੱਕੀ ਹੈ ਇਸ ਵੇਲੇ ਤੱਕ, ਅਤੇ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਇਹਦੇ ਨਾਲ ਜਿੰਨਾ ਇਨਸਾਫ ਹੋ ਸਕੇ ਜ਼ਰੂਰ ਕਰਾਂ। ਕਿ ਅਮੂਮਨ ਅੱਜ ਕੱਲ੍ਹ ਵੀ ਦੇਖਿਆ ਗਿਆ ਕਿ ਪਿਕਚਰ ਨਾਲ ਰਿਲੇਟਡ ਗਾਣੇ ਬਹੁਤ ਘੱਟ ਹੁੰਦੇ, ਲੇਕਿਨ ਆਹ ਇੱਦਾਂ ਦੀ ਪਿਕਚਰ ਨਹੀਂ ਹੈ ਕਿ ਇਹਦੇ 'ਚ ਅਸੀਂ ਕੋਈ ਐਲਬਮ ਵਾਈਜ਼ ਗਾਣਾ ਕਰ ਲਈਏ, ਉਹੀ ਗਾਣਾ ਕਰਨਾ ਪਊਗਾ ਜਿਹੜਾ ਪਿਕਚਰ ਦੀ ਸਿਚੁਏਸ਼ਨ ਨੂੰ ਪ੍ਰੈਜ਼ੈਂਟ ਕਰ ਲਈਏ। ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਐਡੀ ਵੱਡੀ ਜਿਹੜੀ ਇਹ ਮੂਮੈਂਟ ਦੀ ਫਿਲਮ ਆ ਉਹਦੇ ਨਾਲ ਅਟੈਚ ਹੋਣ ਦਾ ਮੌਕਾ ਦਿੱਤਾ। ਜਿਹੜਾ ਬੰਦਾ ਚੰਗੇ ਹੁੰਦੇ ਤੇ ਚੱਲਿਆ ਲੀ ਤੇ ਅਗਰ ਅੱਜ ਫਿਲਮ ਬਣਨ ਲੱਗੀ ਹੈ, ਲੋਕਾਂ ਨੂੰ ਦਿਖਾਈ ਜਾਣੀ ਹੈ ਪੂਰੇ ਸੰਸਾਰ ਭਰ ਵਿੱਚ, ਤੇ ਇਸ ਤੋਂ ਵੱਡਾ ਕਿਹੜਾ ਸਨਮਾਨ ਹੈ? ਇਹ ਵੀਰ ਜਿਹੜੇ ਫਿਲਮ ਤਿਆਰ ਕਰਨ ਡੇ ਆ, ਇਹਨਾਂ ਸਾਡੇ ਕੋਲ ਆਉਂਦੇ ਰਹੇ ਆ, ਅਸੀਂ ਇਹਨਾਂ ਨੂੰ ਪੂਰਾ ਪੂਰਾ ਸਹਿਯੋਗ ਦਿੰਦੇ ਰਹੇ ਹਾਂ ਅਤੇ ਅਗਾਂਹ ਵੀ ਦੇਵਾਂਗੇ। ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਅਤੇ ਮੈਂ ਚਾਹੁੰਦੀ ਹਾਂ ਕਿ ਇਹ ਫਿਲਮ ਹੁਣ ਤਿਆਰ ਹੋ ਕੇ ਅਤੇ ਰਿਲੀਜ਼ ਹੋਵੇ ਅਤੇ ਮਤਲਬ ਸਾਰੀ ਦੁਨੀਆ